ਬਿਤੇ ਦਿਨੀ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੀ ਇੱਕ 24 ਸਾਲਾਂ ਦੀ ਕੁੜੀ ਦੇਵੀਨਾ ਸਿੰਘ ਨੂੰ ਇੱਕ NYPD ਦੇ ਪੁਲਿਸ ਅਧਿਕਾਰੀ ਨੇ ਮੂੰਹ ਤੇ ਥੁੱਕਰ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। ਉਸ ਨੇ ਲੰਘੇ ਬੁੱਧਵਾਰ ਰਾਤ ਨੂੰ ਨਿਊਯਾਰਕ ਵਿੱਚ ਟਰੰਪ ਵਿਰੋਧੀ ਮੁਜ਼ਾਹਰੇ ਵਿੱਚ ਹਿੱਸਾ ਲਿਆ ਸੀ। ਦੇਵੀਨਾ ਸਿੰਘ, ਜਿਸ ਨੇ ਮਾਸਕ ਵੀ ਨਹੀਂ ਪਾਇਆ ਸੀ, ਦੇ ਥੁੱਕਣ ਤੋਂ ਪਹਿਲਾਂ ਦੋ ਵਾਰ ਤੁਸੀਂ ਫਾਸੀਵਾਦ ਹੋ ਦੇ ਨਾਰੇ ਵੀ ਲਗਾਏ ਸਨ। ਪੈਨਸਿਲਵੇਨੀਆ ਦੀ ਰਹਿਣ ਵਾਲੀ ਦੇਵੀਨਾ ਸਿੰਘ ਤੇ ਸਰਕਾਰੀ ਪ੍ਰਸ਼ਾਸਨ ਦੇ ਕੰਮਕਾਜ ਵਿੱਚ ਅੜਿੱਕੇ ਪਾਉਣ ਅਤੇ ਪਰੇਸ਼ਾਨ ਕਰਨ ਦਾ ਦੋਸ਼ ਹੇਠ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲਿਆ ਗਿਆ ਸੀ।